ਅੱਜ ਦੇ ਸਮੇਂ ਵਿੱਚ ਨੀਵੀਂਕਰਨ ਦੇ ਕਾਰਨ ਸਭ ਕੁਝ ਬਦਲ ਰਿਹਾ ਹੈ। ਅੱਜ ਮਨੁੱਖ ਨੀਵੀਂਕਰਨ ਤੋਂ ਹਰ ਤਰ੍ਹਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਿਹਾ ਹੈ। ਕੋਈ ਵੀ ਕੰਮ ਫੋਨ ਦੇ ਬਟਨ ਦੇ ਦਬਾਅ ਤੇ ਕੀਤਾ ਜਾਂਦਾ ਹੈ। ਹੁਣ ਭਾਵੇਂ ਇਹ ਬੈਂਕ ਸੇਵਾ ਹੈ, ਇੱਕ ਦੇ ਜ਼ੋਰ ਤੇ ਬਟਨ ਅੱਧੀ ਰਾਤ ਨੂੰ ਪੈਸਾ ਦੂਜੇ ਤੱਕ ਪਹੁੰਚ ਜਾਂਦਾ ਹੈ। ਇਸ ਨੀਵੀਂਕਰਨ ਦਾ ਸਾਡੇ ਲਈ ਬਹੁਤ ਫਾਇਦਾ ਹੋਇਆ ਹੈ, ਪਰ ਉਹ ਕਹਿੰਦੇ ਹਨ ਕਿ ਚਾਹੇ ਕਿੰਨੀ ਵੀ ਤਬਦੀਲੀ ਆਈ ਹੋਵੇ, ਚੋਰ ਵੀ ਆਪਣੇ ਹੱਥ ਸਾਫ਼ ਕਰਨ ਲਈ ਪਹੁੰਚ ਜਾਂਦੇ ਹਨ। ਇਸ ਦੇ ਕਾਰਨ ਸਾਈਬਰ ਕ੍ਰਾਈਮ ਵੀ ਵਧਿਆ ਹੈ, ਅਤੇ ਇਸ ਸਾਈਬਰ ਕ੍ਰਾਈਮ ਦੇ ਕਾਰਨ ਲੋਕਾਂ ਦੇ ਫੋਨ ਤੋਂ ਚੋਰ ਉਹਨਾਂ ਤੋਂ ਸਭ ਕੁਝ ਪੁੱਛਦੇ ਹਨ ਅਤੇ ਉਹਨਾਂ ਦੇ ਖਾਤਿਆਂ ਤੋਂ ਲੱਖਾਂ ਰੁਪਏ ਲੈ ਜਾਂਦੇ ਹਨ। ਅੱਜ ਕੱਲ੍ਹ ਜਿਹੜਾ ਕ੍ਰਾਈਮ ਹੈ, ਕ੍ਰਾਈਮ ਦੀ ਨੇਚਰ ਬਹੁਤ ਚੇਂਜ ਹੁੰਦੀ ਜਾ ਰਹੀ ਹੈ ਜੀ, ਕਿਉਂਕਿ ਟੈਕਨੋਲੋਜੀ ਦਾ ਇੰਨਾ ਯੂਜ਼ ਵੱਧ ਗਿਆ ਹੈ, ਇੰਟਰਨੈਟ ਦਾ ਯੂਜ਼। ਅੱਜ ਹਰ ਬੰਦਾ ਇੰਟਰਨੈਟ ਸੇਵੀ ਹੋ ਗਿਆ, ਟੈਕ ਸੇਵੀ ਹੋ ਗਿਆ, ਮੋਬਾਈਲ ਹਰ ਕਿਸੇ ਕੋਲ, ਸਮਾਰਟਫੋਨ ਹੈ, ਤਾਂ ਉਹ ਜਿੰਨਾ ਮੈਕਸੀਮਮ ਹੋਵੇ, ਹਰ ਕੋਈ ਟ੍ਰਾਂਜੈਕਸ਼ਨਸ ਵੀ ਨੇ, ਚਾਹੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਨੇ, ਸ਼ੋਪਿੰਗ ਹੈ, ਜਾਂ ਆਪਣਾ ਜਿਸ ਤਰ੍ਹਾਂ ਸੋਸ਼ਲ ਮੀਡੀਆ ਹੈ, ਫਰੈਂਡ ਦੋਸਤੀ ਵੀ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਹੀ ਚੱਲਦੀ ਹੈ, ਤਾਂ ਤੁਹਾਡੀ ਸਾਰੀ ਨੌਲੇਜ ਵੀ ਜਿਹੜੀ ਹੈਗੀ ਉਹ ਸੋਸ਼ਲ ਮੀਡੀਆ 'ਤੇ ਪਈ ਹੈ, ਅਤੇ ਤੁਹਾਡਾ ਸਾਰਾ ਵਿਰਚੁਅਲ ਆਈਡੈਂਟੀ ਤੁਹਾਡੀ ਕ੍ਰੀਏਟ ਹੋ ਚੁੱਕੀ ਹੈ ਹਰ ਬੰਦੇ ਦੀ। ਉਹ ਚਾਹੇ ਫੇਸਬੁੱਕ ਹੈ, ਵਟਸਐਪ ਹੈ, ਜਾਂ ਜਿਸ ਵੀ ਚੀਜ਼ ਪਲੈਟਫਾਰਮ 'ਤੇ ਹੈ। ਇਸੇ ਤਰੀਕੇ ਦੇ ਨਾਲ ਜਿਹੜੇ ਆਪਣੇ ਬੈਂਕ ਜਿਹੜੇ ਟ੍ਰਡੀਸ਼ਨਲ ਹੁੰਦੇ ਸੀਗੇ ਕਿ ਅਸੀਂ ਜੀ ਬੈਂਕਿੰਗ ਦੇ ਵਿੱਚ SBI ਹੈ, HDFC ਹੈ, ICICI ਹੈ, ਉਸ ਦੇ ਇਲਾਵਾ ਹੁਣ ਨਵਾਂ ਸਿਸਟਮ ਸ਼ੁਰੂ ਹੋ ਗਿਆ ਕਿ ਪੇਟੀਐਮ ਦੇ ਉੱਤੇ ਮੇਰਾ ਖਾਤਾ ਹੈ ਜੀ, ਮੇਰਾ ਮੋਬਿਕ ਦੇ ਉੱਤੇ ਹੈ। ਇਸੇ ਤਰੀਕੇ ਦੇ ਨਾਲ ਅਲੱਗ ਅਲੱਗ ਪਲੈਟਫਾਰਮਸ ਦੇ ਉੱਤੇ ਹੁਣ ਆਪਾਂ ਮਨੀ ਹੈਗੀ ਹੈ ਅਵੇਲੇਬਲ। ਸੋ ਇਸੇ ਤਰੀਕੇ ਦੇ ਨਾਲ ਹੁਣ ਤੁਹਾਡਾ ਪਹਿਲਾਂ ਥੈਫਟ ਜਿਹੜਾ ਸੀਗਾ ਉਹ ਸਿੱਧਾ ਜਾ ਕੇ ਜੇਬ ਮਾਰਨ ਦੀ ਬਜਾਏ ਜਾਂ ਚੈਨ ਖੋਣ ਦੀ ਬਜਾਏ ਜੋ ਚੱਲਦੀ ਸੀ, ਸਨੈਚਿੰਗ ਜਾਂ ਥੈਫਟ ਹੈ ਜਾਂ ਰੋਬਰੀ ਹੈ, ਉਹ ਹੁਣ ਸਾਈਬਰ ਥੈਫਟ, ਸਾਈਬਰ ਰੋਬਰੀ ਇਹ ਚੱਲਦਾ। ਤਾਂ ਉਸਦੇ ਵਿੱਚ ਇਹ ਜਿਹੜਾ ਹੈ ਕ੍ਰਾਈਮ ਵੱਧਦਾ ਜਾ ਰਿਹਾ ਹੈ। ਸਾਡੇ ਕੋਲ ਜਿਹੜੀਆਂ ਕੰਪਲੇਂਟਸ ਰਿਸੀਵ ਹੋਈਆਂ ਸੀਗੀਆਂ ਉਹਦੇ ਵਿੱਚੋਂ ਇੱਕ ਤਾਂ ਇਹ ਕੰਪਲੇਂਟ ਸੀਗੀ ਕਿ ਸਾਨੂੰ ਜੀ ਕਾਲ ਆਇਆ, ਕਾਲ ਦੇ ਵਿੱਚ ਸਾਨੂੰ ਕਿਹਾ ਗਿਆ ਕਿ ਕੋਵਿਡ ਦੇ ਦੌਰਾਨ ਤੁਸੀਂ ਆਪਣਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਕਾਫੀ ਟਾਈਮ ਤੋਂ ਨਹੀਂ ਯੂਜ਼ ਕੀਤਾ। ਅਸੀਂ HDFC ਬੈਂਕ ਤੋਂ ਬੋਲ ਰਹੇ ਹਾਂ, ਅਸੀਂ SBI ਤੋਂ ਬੋਲ ਰਹੇ ਹਾਂ, ਅਸੀਂ ਇਸ ਬੈਂਕ ਤੋਂ ਬੋਲ ਰਹੇ ਹਾਂ ਕਿ ਤੁਹਾਡਾ ਜਿਹੜਾ ਹੈਗਾ ਕਾਰਡ ਨੂੰ ਦੁਬਾਰਾ ਅਪਡੇਟ ਕਰਨ ਲਈ, ਰੀਵੈਰੀਫਿਕੇਸ਼ਨ ਕਰਨ ਦੇ ਲਈ ਤੁਸੀਂ ਆਪਣਾ ਸਾਡੇ ਨਾਲ ਕੁਛ ਸਟੈਪਸ ਨੇ ਫੋਲੋ ਕਰੋਗੇ ਤਾਂ ਉਹ ਤੁਹਾਡਾ ਰੀਵੈਰੀਫਾਈ ਹੋ ਜੂਗਾ ਅਤੇ ਦੁਬਾਰਾ ਤੁਸੀਂ ਯੂਜ਼ ਕਰ ਸਕਦੇ ਹੋ। ਤਾਂ ਨੋਰਮਲ ਬੰਦਾ ਨਹੀਂ ਸੋਚਦਾ ਇੰਨਾ ਜ਼ਿਆਦਾ ਕਿ ਮੇਰੇ ਨਾਲ ਕੁਛ ਕੋਈ ਫਰੋਡ ਵਾਲਾ ਸਿਸਟਮ ਚੱਲ ਪਿਆ, ਉਹ ਯਕੀਨ ਕਰ ਲੈਂਦਾ। ਤਾਂ ਇਸ ਚੀਜ਼ ਦੇ ਉੱਤੇ ਉਹਨਾਂ ਨੇ ਕਾਰਡ ਨੰਬਰ ਲਿੱਤਾ, ਕਾਰਡ ਦੇ ਉੱਪਰ ਇੱਕ 16 ਜਿਹੜੇ ਹੈਗੇ ਨੇ ਲੈਟਰਸ ਦਾ ਇੱਕ ਆਪਣਾ ਬੇਸਿਕ ਕਾਰਡ ਨੰਬਰ ਹੁੰਦਾ, ਉਹਦੇ ਥੱਲੇ ਇੱਕ ਐਕਸਪਾਇਰੀ ਡੇਟ ਹੁੰਦੀ ਹੈ ਲਿਖੀ ਕਿ ਕਦੋਂ ਤੱਕ ਤੁਹਾਡਾ ਕਾਰਡ ਵੈਲਿਡ ਹੈ, ਵੈਲਿਡਿਟੀ ਡੇਟ ਵੀ ਲਿਖੀ ਹੁੰਦੀ ਹੈ ਜਾਂ ਫਿਰ ਐਕਸਪਾਇਰੀ ਡੇਟ। ਉਸ ਕਾਰਡ ਦੀ ਬੈਕ ਸਾਈਡ ਦੇ ਉੱਤੇ ਤੁਹਾਡਾ 3 ਅੱਖਰਾਂ ਦਾ 3 ਲੈਟਰਸ ਦਾ CVV ਨੰਬਰ ਹੁੰਦਾ। ਇਹ ਤਿੰਨੋਂ ਡਿਟੇਲਸ ਬਹੁਤ ਇੰਪੋਰਟੈਂਟ ਨੇ, ਤਿੰਨੋਂ ਡਿਟੇਲਸ ਹੀ। ਤੋ ਇਹ ਆਪਾਂ ਅਣਜਾਣੇ ਦੇ ਵਿੱਚ ਉਹਨਾਂ ਨੂੰ ਦੇ ਬੈਠਦੇ ਹਾਂ। ਜੇ ਕੋਈ ਵੀ ਬੈਂਕ ਤੁਹਾਡਾ ਓਰਿਜਿਨਲੀ ਬੈਂਕ ਹੈ, ਉਹ ਇਹ ਚੀਜ਼ਾਂ ਨਹੀਂ ਮੰਗੂਗਾ ਕਿਉਂਕਿ ਉਹਨਾਂ ਕੋਲ ਆਲਰੇਡੀ ਤੁਹਾਡੀ ਡਿਟੇਲ ਹੁੰਦੀ ਹੈ ਜਿੰਨੀ ਕੁ ਵੀ ਉਹਨਾਂ ਨੂੰ ਚਾਹੀਦੀ ਹੈ। ਇਹ ਫਰੋਡਸਟਰ ਹੀ ਹੁੰਦਾ ਜਿਹੜੀ ਤੋਂ ਸਾਰੀਆਂ ਚੀਜ਼ਾਂ ਮੰਗ ਰਿਹਾ ਹੁੰਦਾ। ਇਹਨਾਂ ਨੇ ਫਿਰ ਉਹ ਡਿਟੇਲ ਲਿੱਤੀ, ਉਸ ਤੋਂ ਬਾਅਦ ਗੱਲਾਂ ਦੇ ਵਿੱਚ ਲਗਾ ਕੇ ਉਸ ਤੋਂ OTP ਵੀ ਹਾਸਿਲ ਕਰ ਲਿਆ। ਤਾਂ ਇਹਨਾਂ ਨੇ ਕੀਤਾ ਕਿ ਇਸ ਦੌਰਾਨ ਆਪਣੇ ਇੱਕ ਫੇਕ ਮੋਬਾਈਲ ਨੰਬਰ ਦੇ ਉੱਤੇ Paytm ਅਕਾਊਂਟ ਬਣਾਇਆ ਪਹਿਲਾਂ, ਉਸ ਦੇ ਵਿੱਚ ਇਹ ਕਾਰਡ ਡਿਟੇਲਸ ਲੈ ਕੇ ਰਜਿਸਟਰ ਕਰਕੇ ਮਨੀ ਟ੍ਰਾਂਸਫਰ ਕਰਨੀ ਸ਼ੁਰੂ ਕਰਤੀ। ਉਹ ਮਨੀ ਟ੍ਰਾਂਸਫਰ ਦੇ ਲਈ ਇੱਕ OTP ਆਇਆ, ਉਹ ਲੈ ਕੇ ਇਹਨਾਂ ਨੇ ਨਾਲ ਦੀ ਨਾਲ ਆਪਣਾ ਮਨੀ ਟ੍ਰਾਂਸਫਰ ਦਾ ਕਰਤਾ। ਤੋ ਇਸ ਤਰੀਕੇ ਦੇ ਨਾਲ ਇਹਨਾਂ ਨੇ ਸਾਈਬਰ ਫਰੋਡ, ਇਹਨਾਂ ਕਈ ਸਾਡੇ ਕੋਲ 4-5 ਕੰਪਲੇਂਟਸ ਇਹੋ ਜਿਹੀਆਂ ਸੀਗੀਆਂ, ਅਤੇ ਕਈ ਇਹੋ ਜਿਹੀਆਂ ਵੀ ਕੰਪਲੇਂਟਸ ਨੇ ਜਿਹਨਾਂ ਨੇ ਪਬਲਿਕ ਨੇ ਸਾਨੂੰ ਹਜੇ ਅਪਰੋਚ ਕੀਤਾ ਬਟ ਹਜੇ ਰਿਟਨ ਕੰਪਲੇਂਟ ਨਹੀਂ ਫਾਈਲ ਕੀਤੀ। ਉਹ ਜੋ ਕਰ ਰਹੇ ਨੇ ਹੁਣ, ਕਿਉਂਕਿ ਜਦੋਂ ਅਸੀਂ ਅਨਰਥ ਕਰ ਲਿਆ ਉਸ ਤੋਂ ਬਾਅਦ, ਤਾਂ ਇਸ ਦੇ ਵਿੱਚ ਉਹ ਮਨੀ Paytm ਦੇ ਵਿੱਚ ਆਉਣ ਤੋਂ ਬਾਅਦ ਇਹ ਅੱਗੇ ਅਕਾਊਂਟਸ ਦੇ ਵਿੱਚ ਘੁਮਾ ਦਿੰਦੇ ਨੇ, ਇੱਕ ਅਕਾਊਂਟ ਤੋਂ ਦੂਸਰੇ ਅਕਾਊਂਟ, ਤੀਸਰੇ ਅਕਾਊਂਟ, ਉਹ ਮਨੀ ਜਾ ਕੇ ਫਿਰ ਉਸ ਤੋਂ ਬਾਅਦ ਵਿਦਡਰਾਅ ਕਰਦੇ ਨੇ। ਤਾਂ ਇਸ ਚੈਨਲ ਦੇ ਵਿੱਚ ਜਿੰਨੇ ਵੀ ਗੈਂਗ ਮੈਂਬਰਸ ਹੁੰਦੇ ਨੇ ਉਹ ਫਿਰ ਮਨੀ ਸ਼ੇਅਰ ਕਰਦੇ ਨੇ, ਅਤੇ ਇਸ ਤਰੀਕੇ ਦੇ ਨਾਲ ਇਹ ਸਾਈਬਰ ਫਰੋਡ ਅਤੇ ਸਾਈਬਰ ਥੈਫਟ ਹੈ ਜਿਹੜਾ ਬੇਸਿਕਲੀ ਕਹੂੰਗਾ ਮੈਂ ਉਹ ਹੁੰਦਾ। ਤਾਂ ਇਹ ਚੀਜ਼, ਇਹ ਸਾਡੇ ਕੋਲ ਕੇਸ ਆਏ ਸੀਗੇ ਕਈ, ਉਹਨਾਂ ਦੀ ਇਨਵੈਸਟੀਗੇਸ਼ਨ ਦੇ ਦੌਰਾਨ ਜਦੋਂ ਅਸੀਂ ਸਾਰਾ ਕੁਝ ਦੇਖਿਆ ਤਾਂ ਵੀ ਫਾਊਂਡ ਦੈਟ ਕਿ ਇਹ ਚੀਜ਼ ਦਿੱਲੀ ਦੇ ਵਿੱਚ ਜਿਹੜੀ ਹੈਗੀ ਹੈ, ਸਾਨੂੰ ਪਤਾ ਲੱਗਿਆ ਡਿਊਰਿੰਗ ਇਨਵੈਸਟੀਗੇਸ਼ਨ ਕਿ ਉੱਥੋਂ ਓਪਰੇਟ ਹੋ ਰਿਹਾ ਸਿਸਟਮ ਟੈਕਨੀਕਲ ਸਰਵੀਲੈਂਸ ਦੇ ਥਰੂ। ਤਾਂ ਉਸ ਤੋਂ ਬਾਅਦ ਅਸੀਂ ਉਸ ਦੇ ਉੱਤੇ ਸਰਵੀਲੈਂਸ ਰੱਖਣਾ ਸ਼ੁਰੂ ਕੀਤਾ, ਆਪਣਾ ਸਾਰਾ ਮੋਨੀਟਰ ਕੀਤਾ। ਤਾਂ ਇਸ ਬੇਸਿਸ ਦੇ ਉੱਤੇ ਅਸੀਂ 4 ਜਿਹੜੇ ਦੋਸ਼ੀ ਨੇ ਉਹ ਅਰੈਸਟ ਕੀਤੇ, ਉਹ ਲਾਸਟ ਵੀਕ ਅਸੀਂ ਅਰੈਸਟ ਕੀਤੇ ਸੀਗੇ, ਜਿਨ੍ਹਾਂ ਦੇ ਵਿੱਚੋਂ ਮੁਹੰਮਦ ਫਰੀਦ ਹੈ ਜੋ ਉਹ ਪਲੈਟੀਨਮ ਵਕੇਸ਼ਨਸ ਪ੍ਰਾਈਵੇਟ ਲਿਮਿਟਡ ਕਰਕੇ ਇੱਕ ਕਾਲ ਸੈਂਟਰ ਚਲਾ ਰਿਹਾ ਸੀ, ਉਹ ਕਾਲ ਸੈਂਟਰ ਚਲਾ ਰਿਹਾ ਸੀਗਾ ਜਿਸ ਦੇ ਵਿੱਚ ਉਹ ਮਤਲਬ ਕਿ ਉੱਥੋਂ ਕਾਲ ਕਰਵਾਉਂਦਾ ਸੀਗਾ ਅਤੇ ਇਹ ਸਾਰਾ ਜਿਹੜਾ ਫਰੋਡ ਹੈ ਸਟਾਰਟ ਹੁੰਦਾ ਸੀਗਾ। ਉਸ ਤੋਂ ਬਾਅਦ ਉਹਦੇ ਨਾਲ ਕੁਛ ਜਿਹੜੇ ਅੱਗੇ ਮੈਂਬਰ ਜੁੜੇ ਹੋਏ ਸੀਗੇ, ਜਿਹੜੇ ਅਕਾਊਂਟ ਜਿਹੜੇ ਹੈਂਡਲ ਕਰਦੇ ਸੀਗੇ, ਜਿਨ੍ਹਾਂ ਦੇ ਵਿੱਚੋਂ ਮਨੀ ਵਿਦਡਰਾਅ ਹੁੰਦੀ ਸੀਗੀ, ਉਸ ਗੈਂਗ ਦੇ ਵਿੱਚੋਂ ਵੀ ਸਾਨੂੰ ਉੱਥੇ ਸੰਜੇ ਕਸ਼ਯਪ ਕਰਕੇ, ਮੁਕੇਸ਼ ਐਂਡ ਉਪਿੰਦਰ ਕੁਮਾਰ,
ਇਹ ਜਿਹੜੇ ਹੈਗੇ ਨੇ ਇਹ ਦਿੱਲੀ ਬੇਸਡ ਹੀ ਸੀਗੇ, ਇਹ ਸਾਰਿਆਂ ਨੂੰ ਵੀ ਅਸੀਂ ਤਿੰਨਾਂ ਨੂੰ ਉੱਥੋਂ ਅਰੈਸਟ ਕੀਤਾ, ਇਹਨਾਂ ਦੇ ਅਕਾਊਂਟਸ ਦੇ ਵਿੱਚੋਂ ਮਨੀ ਵਿਦਡਰਾਅ ਹੋਈ ਸੀ। ਉਸ ਤੋਂ ਬਾਅਦ ਇਸ ਗੈਂਗ ਦੇ ਵਿੱਚ ਕਰਨ ਤੋਂ ਬਾਅਦ ਕੱਲ੍ਹ ਰਾਤ ਹੀ ਅਸੀਂ ਦੁਬਾਰਾ ਇਸ ਦੇ ਉੱਤੇ ਗੈਂਗ ਦੇ ਉੱਤੇ ਲੱਗੇ ਹੋਏ ਸੀਗੇ, ਤਿੰਨ ਹੋਰ ਮੈਂਬਰ ਨੇ ਜਿਹੜੇ ਉਹ ਰਾਤ ਅਸੀਂ ਅਰੈਸਟ ਕਰਕੇ ਲੈ ਕੇ ਆਏ ਹਾਂ। ਤਾਂ ਇਹਨਾਂ ਦੇ ਵਿੱਚ ਇਹ ਹੈਗੇ ਨੇ ਸ਼ਾਹਿਦ ਸੋਲੰਕੀ ਅਤੇ ਮੁਹੰਮਦ ਅਹਿਸਾਨ ਅਤੇ ਸ਼ਮੀਮ ਅਹਿਮਦ, ਇਹ ਤਿੰਨ ਬੰਦੇ ਨੇ ਜਿਹੜੇ ਇਹ ਇਸੇ ਕਾਲ ਸੈਂਟਰ ਪਲੈਟੀਨਮ ਵੋਕੇਸ਼ਨਸ ਦੇ ਵਿੱਚ ਜੋਬ ਕਰ ਰਹੇ ਸੀਗੇ, ਜਾਂ ਕਹਿ ਲਓ ਕਿ ਇੱਕ ਚੋਰਾਂ ਦਾ ਜਿਹੜਾ ਸੀਗਾ ਟੈਕ, ਅੱਜ ਕੱਲ੍ਹ ਦੀ ਮਾਡਰਨ ਜਿਹੜੀ ਟਰਮੀਨੋਲੋਜੀ ਹੈ ਉਹਦੇ ਵਿੱਚ ਇਹ ਆਪਣੇ ਆਪ ਨੂੰ ਜੋਬ ਕਰਦਾ ਦੱਸਦੇ ਨੇ, ਬਟ ਇਹ ਚੋਰ ਨੇ, ਸਾਈਬਰ ਚੋਰ ਨੇ, ਇਹ ਉੱਥੇ ਇਹ ਚੋਰੀ ਕਰਦੇ ਸੀ। ਇਸੇ ਦੌਰਾਨ ਹੀ ਇਸੇ ਐੱਫ ਆਈ ਆਰ ਦੇ ਵਿੱਚ ਹੀ ਅਸੀਂ ਜਦੋਂ ਇਨਵੈਸਟੀਗੇਸ਼ਨ ਕਰਦੇ ਹੋਏ, ਇਹਨਾਂ ਕੰਪਲੇਂਟਸ ਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਹੋਏ, ਅਸੀਂ ਇੱਕ ਹੋਰ ਕਾਲ ਸੈਂਟਰ ਕੱਲ੍ਹ ਰਾਤ ਅਨਰਥ ਕੀਤਾ, ਕਰੀਅਰ ਬਿਲਡਰ ਕਾਲ ਸੈਂਟਰ ਹੈ। ਇਹਦਾ ਜਿਹੜਾ ਓਨਰ ਹੈ ਉਹ ਹੈ ਅਮਿਤ ਕੁਮਾਰ ਤ੍ਰਿਪਾਠੀ, ਇਹ ਦਿੱਲੀ ਬੇਸਡ ਹੈ। ਇਹ ਜਿਹੜਾ ਹੈਗਾ ਇੰਦਰਾ ਪਾਰਕ, ਪਾਮ ਕਲੋਨੀ, ਨਵੀਂ ਦਿੱਲੀ, ਉੱਥੇ ਇਹਦਾ ਇਹ ਕਾਲ ਸੈਂਟਰ ਸੀਗਾ ਜਿਹਨੂੰ ਅਸੀਂ ਕੱਲ੍ਹ ਰਾਤ ਜਿਹੜਾ ਹੈ ਅਨਰਥ ਕੀਤਾ, ਅਤੇ ਇਹ ਦੋਸ਼ੀ ਹੈ ਜਿਹੜਾ ਇਹ ਗ੍ਰਿਫਤਾਰ ਕੀਤਾ। ਇਸ ਦੇ ਨਾਲ ਇਹਦਾ ਇੱਕ ਸਾਥੀ ਹੈ ਜੋ ਅਕਾਊਂਟਸ ਨੂੰ ਹੈਂਡਲ ਕਰਦਾ ਸੀਗਾ, ਉਹ ਹੈ ਰਾਣਾ ਰੰਜਨ ਸ਼ਰਮਾ, ਇਹ ਵੀ ਅਸੀਂ ਉੱਥੋਂ ਕੱਲ੍ਹ ਦਿੱਲੀ ਤੋਂ ਅਰੈਸਟ ਕਰਕੇ ਲਿਆਂਦਾ ਹੈ। ਤਾਂ ਇਸ ਤਰੀਕੇ ਦੇ ਨਾਲ ਇਹ ਜਿਹੜਾ ਹੈ ਦਿੱਲੀ ਕਾਲ ਸੈਂਟਰ ਬੇਸਡ ਜਿਹੜਾ ਗੈਂਗ ਹੈ, ਉਹ ਦੋ ਗੈਂਗ ਹੁਣ ਇਸ ਦੇ ਵਿੱਚ ਅਸੀਂ ਅਨਰਥ ਕੀਤੇ ਨੇ। ਇਸ ਦੇ ਵਿੱਚ ਇੱਕ ਮੈਂ ਇੱਕ ਦੂਸਰਾ ਗੈਂਗ ਵੀ ਤੁਹਾਨੂੰ ਐਡ ਕਰਦਾ ਇੱਕ ਵਾਰੀ, ਫਿਰ ਉਸ ਤੋਂ ਬਾਅਦ ਮੈਂ ਇਸ ਦਾ ਵੀ ਨਾਲ ਦੱਸ ਦਿੰਦਾ। ਇਹਦੇ ਵਿੱਚ ਇੱਕ ਤੁਹਾਨੂੰ ਇਹ ਦੱਸੂੰਗਾ ਕਿ ਇੱਕ ਨਵਾਂ ਜਿਹੜਾ ਹੈਗਾ, ਤੁਸੀਂ ਸੁਣਿਆ ਵੀ ਹੋਣਾ, ਫੇਮਸ ਕਾਫੀ ਹੋਇਆ ਹੈ ਇੱਕ ਟਾਊਨ, ਦੈਟ ਇਜ਼ ਜਾਮਤਾਰਾ, ਇਹ ਬਿਹਾਰ ਝਾਰਖੰਡ ਦਾ ਜਿਹੜਾ ਏਰੀਆ ਉਸ ਸਾਈਡ ਹੈ ਇਹ। ਅਤੇ ਇਹ ਇਸ ਦੇ ਉੱਤੇ ਇੱਕ ਨੈੱਟਫਲਿਕਸ ਜੋ ਇਹ ਅੱਜ ਕੱਲ੍ਹ ਔਨਲਾਈਨ ਪਲੇਟਫਾਰਮ ਹੈ, ਉਹਦੇ ਉੱਤੇ ਇੱਕ ਸੀਰੀਜ਼ ਵੀ ਬਣੀ ਹੋਈ ਹੈ ਜਾਮਤਾਰਾ ਗੈਂਗ ਜਿਹੜੇ ਕਰਕੇ। ਤਾਂ ਜਾਮਤਾਰਾ ਗੈਂਗ ਨੂੰ ਵੀ ਅਸੀਂ ਜਿਹੜਾ ਹੈਗਾ ਇਸ ਦੇ ਇੱਕ ਅਲੱਗ ਐੱਫ ਆਈ ਆਰ ਦੇ ਵਿੱਚ ਅਰੈਸਟ ਕੀਤਾ। ਤਾਂ ਜਾਮਤਾਰਾ ਗੈਂਗ ਦੇ ਦੋ ਮੇਜਰ ਮੈਂਬਰ ਸੀਗੇ ਜੋ ਪੰਜਾਬ ਦੇ ਵਿੱਚ ਰਨ ਕਰ ਰਹੇ ਸੀਗੇ ਸਿਸਟਮ ਨੂੰ, ਉਹਨਾਂ ਨੂੰ ਅਸੀਂ ਅਰੈਸਟ ਕੀਤਾ। ਇਹਨਾਂ ਦਾ ਵੀ ਮੋਡਸ ਓਪਰੈਂਡੀ ਦੱਸ ਦੇਣਾ ਕਿ ਲੋਕਾਂ ਨੂੰ ਆਮ ਕਾਲਸ ਆਉਂਦੀਆਂ ਹੋਣਗੀਆਂ। ਇਹਦੇ ਵਿੱਚ ਕੀ ਸੀਗਾ ਕਿ ਇਹ ਤੁਹਾਨੂੰ ਕਾਲ ਕਰਦੇ ਨੇ ਉਹੀ ਕੋਵਿਡ ਟਾਈਮ ਦੀ ਕਹਾਣੀ ਸੁਣਾ ਕੇ, ਫਿਰ ਇਹ ਤੁਹਾਨੂੰ ਇੱਕ ਦੱਸਦੇ ਨੇ ਕਿ ਜੀ ਇੱਕ ਕਿਊ ਐਸ ਟੀਮ ਵਿਊਅਰ ਐਪ ਹੈ ਕਿ ਤੁਸੀਂ ਉਹਨੂੰ ਇੰਸਟਾਲ ਕਰੋ ਅਤੇ ਤੁਹਾਡੀ ਰੀਵੈਰੀਫਿਕੇਸ਼ਨ ਹੋ ਜਾਏਗੀ ਸਾਰੀ, ਅਸੀਂ ਉਹ ਕਰਵਾ ਦਿੰਦੇ ਹਾਂ। ਉਹ ਐਪ ਇੰਸਟਾਲ ਕਰਵਾ ਕੇ ਇਹ ਤੁਹਾਡਾ ਫੋਨ ਸਵਿੱਚ ਆਫ ਕਰਵਾ ਦਿੰਦੇ ਨੇ, ਐਂਡ ਤੁਹਾਤੋਂ ਕਈ ਵਾਰੀ ਨੈੱਟ ਬੈਂਕਿੰਗ ਦੇ ਡਿਟੇਲਸ ਵੀ ਲੈ ਲੈਂਦੇ ਨੇ, ਐਂਡ ਮੀਨਵਾਈਲ ਤੁਹਾਡੇ ਨਾਲ ਜਿਹੜਾ ਹੈਗਾ ਫਰੋਡ ਉਹ ਇਹ ਕਮਿਟ ਕਰ ਲੈਂਦੇ ਨੇ। ਤਾਂ ਇਹ ਚੀਜ਼ ਜਿਹੜੀ ਹੈਗੀ ਹੈ ਇਹ ਇੱਕ ਡਿਫਰੈਂਟ ਕਾਇੰਡ ਦਾ ਫਰੋਡ ਸੀਗਾ, ਇਹ ਉੱਥੋਂ ਇਹਨਾਂ ਨੇ ਸਾਡੇ ਕੋਲ ਸਾਨੂੰ ਇਨਫੋਰਮੇਸ਼ਨ ਸੀਗੀ, ਜਾਂ ਅਸੀਂ ਸਾਈਬਰ ਸਰਵੀਲੈਂਸ ਜਿਸ ਤਰ੍ਹਾਂ ਸਾਡੀ ਚੱਲ ਰਹੀ ਹੈ ਸਾਨੂੰ ਇਹ ਡਿਟੈਕਟ ਹੋਇਆ, ਤਾਂ ਅਸੀਂ ਇਹ ਗੈਂਗ ਹੈ ਇਹ ਅਨਰਥ ਕੀਤਾ। ਇਹਦੇ ਵਿੱਚ ਸਾਨੂੰ ਨੂਰ ਅਲੀ ਹੈ ਜੋ ਮੇਨ ਇਹਦਾ ਓਪਰੇਟਰ ਸੀਗਾ ਪੰਜਾਬ ਦੇ ਵਿੱਚ, ਉਹ ਮੰਡੀ ਗੋਬਿੰਦਗੜ੍ਹ ਬੇਸਡ ਸੀਗਾ, ਉਸਨੂੰ ਅਸੀਂ ਅਰੈਸਟ ਕੀਤਾ। ਉਸਦੇ ਨਾਲ ਹੀ ਇਹਦੇ ਵਿੱਚ ਅਸੀਂ ਇੱਕ ਪਵਨ ਕੁਮਾਰ ਜੋ ਬਾਲੀ ਟੈਲੀਕੋਮ ਦੇ ਨਾਮ ਦੇ ਉੱਤੇ ਸ਼ੋਪ ਰਨ ਕਰ ਰਿਹਾ ਸੀਗਾ ਲੁਧਿਆਣਾ ਸਿਟੀ ਦੇ ਵਿੱਚ, ਉਹਨੂੰ ਅਸੀਂ ਅਰੈਸਟ ਕੀਤਾ। ਇਹਨਾਂ ਦਾ ਕੀ ਸਿਸਟਮ ਰਹਿੰਦਾ ਸੀ ਕਿ ਪਹਿਲਾਂ ਤਾਂ ਤੁਹਾਨੂੰ ਜਿਹੜਾ ਹੈਗਾ ਆਪਣੀਆਂ ਗੱਲਾਂ ਦੇ ਵਿੱਚ ਲਾ ਕੇ ਉਹੀ ਬੈਂਕ ਕਸਟਮਰ ਬਣ ਕੇ ਇਹ ਐਪ ਡਾਊਨਲੋਡ ਕਰਵਾ ਕੇ, ਹੋਰ ਵੀ ਕਈ ਤਰੀਕੇ ਨੇ, ਇਟ ਇਜ਼ ਨੋਟ ਜਸਟ ਵਨ ਐਪ ਕਿ ਕਿਊਐਸ ਵਿਊਅਰ ਐਪ ਹੀ ਹੈ, ਇਸ ਤੋਂ ਇਲਾਵਾ ਹੋਰ ਐਪਸ ਵੀ ਨੇ ਅਤੇ ਹੋਰ ਤਰੀਕੇ ਵੀ ਨੇ। ਇਹ ਤੁਹਾਡੇ ਤੋਂ ਪੈਸਾ ਜਿਹੜਾ ਹੈਗਾ, ਤੁਹਾਡਾ ਪੈਸਾ ਸਾਈਬਰ ਔਨਲਾਈਨ ਪਲੇਟਫਾਰਮ 'ਤੇ ਚੋਰੀ ਕਰਕੇ, ਇਹਨੂੰ ਇੱਕ ਸ਼ੁਗਲ ਦਾਮਿਨੀ ਜਿਹੜੀ ਹੈ ਕਰਕੇ ਇੱਕ ਔਨਲਾਈਨ ਫਾਈਨੈਂਸ਼ੀਅਲ ਸਰਵਿਸਿਜ਼ ਦੀ ਪਲੇਟਫਾਰਮ ਸੀਗਾ, ਉਹਦੇ 'ਤੇ ਲੈ ਕੇ ਜਾਂਦੇ। ਉਸ ਤੋਂ ਬਾਅਦ ਮਨੀ ਨੂੰ ਮੋਬਿਕ ਜਿਹੜਾ ਹੈ ਮੋਬੀਕਵਿਕ ਉਸਦੇ ਵਿੱਚ ਇਹ ਟ੍ਰਾਂਸਫਰ ਕਰਦੇ, ਉਹ ਨੂਰ ਅਲੀ ਦੇ ਅਕਾਊਂਟ ਦੇ ਵਿੱਚ ਆਉਂਦੀ, ਉਹ ਅੱਗੇ ਫਰਦਰ ਇਹਨੂੰ ਪਵਨ ਦੇ ਅਕਾਊਂਟ 'ਚ ਟ੍ਰਾਂਸਫਰ ਕਰਦਾ। ਪਵਨ ਜਿਹੜਾ ਸੀਗਾ ਇਹ ਬਾਲੀ ਟੈਲੀਕਾਮ ਵਾਲਾ, ਇਸਦਾ ਕੰਮ ਇਹ ਸੀਗਾ ਕਿ ਇਹ ਲੋਕਾਂ ਦੇ ਨੋਰਮਲ ਜਿਹੜੇ ਬਿਜਲੀ ਦੇ ਬਿੱਲ ਨੇ, ਆਪਾਂ PSPCL ਦੇ ਜਿਹੜੇ ਬਿੱਲ ਭਰਦੇ ਹਾਂ, ਉਹ ਲੋਕਾਂ ਦੇ ਜਿਸ ਤਰ੍ਹਾਂ ਆਪਾਂ ਵੀ ਨੋਰਮਲੀ ਕਿਸੇ ਨੂੰ ਵੀ ਜਿਹੜਾ ਰੀਚਾਰਜ ਸ਼ੋਪਸ ਹੁੰਦੀਆਂ ਨੇ ਉਹਨਾਂ ਨੂੰ ਕਹਿ ਦਿੰਦੇ ਕਿ ਸਾਡਾ, ਕਿਉਂਕਿ ਟੈਕਸ ਸੇ ਵੀ ਹਰ ਕੋਈ ਨਹੀਂ ਹੈ ਇੰਨਾ ਜ਼ਿਆਦਾ ਕਿ ਬਿੱਲ ਭਰ ਦਿਓ ਸਾਡਾ, ਠੀਕ ਹੈ ਜੀ। ਤਾਂ ਇਹ ਕੁਛ ਡਿਸਕਾਊਂਟ ਦੇ ਕੇ ਤੁਹਾਨੂੰ 5% ਡਿਸਕਾਊਂਟ ਦੇ ਦਾਂਗੇ ਜੇ ਸਾਥੋਂ ਭਰਵਾਓਗੇ, ਤਾਂ ਉੱਥੋਂ ਲੋਕ ਨੋਰਮਲੀ ਬਿੱਲ ਭਰਵਾਉਂਦੇ ਸੀਗੇ। ਤਾਂ ਇਹ ਜਿਹੜਾ ਸਾਈਬਰ ਦਾ ਜਿਹੜਾ ਇਹ ਪੈਸਾ ਸੀਗਾ ਫਰੋਡ ਵਾਲਾ ਆ ਰਿਹਾ ਹੁੰਦਾ ਸੀਗਾ, ਉਹਨੂੰ ਇਸ ਤਰੀਕੇ ਨਾਲ ਯੂਟੀਲਾਈਜ਼ ਕਰਕੇ ਉਹਨਾਂ ਤੋਂ ਕੈਸ਼ ਇਹ ਬੰਦਾ ਲੈ ਲੈਂਦਾ ਸੀਗਾ ਪਵਨ। ਤਾਂ ਇਸ ਤਰੀਕੇ ਦੇ ਨਾਲ ਇਹ ਜਿਹੜੀ ਹੈ ਇਹ ਫਰੋਡ ਕਮਿਟ ਹੁੰਦਾ ਸੀ। ਤਾਂ ਉਹਦੇ ਵਿੱਚ ਅਸੀਂ ਇਹਨਾਂ ਦੋਨਾਂ ਨੂੰ ਅਰੈਸਟ ਕੀਤਾ, ਅਰੈਸਟ ਕਰਕੇ ਇਹਦੇ ਵਿੱਚ ਸਾਨੂੰ ਇੱਕ ਦੋ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਹੈ ਪਤਾ ਲੱਗਿਆ ਕਿ ਕਈ ਹੋਰ ਸਟੇਟਸ ਦੇ ਵਿੱਚ ਐੱਫ ਆਈ ਆਰ ਹੋਈਆਂ ਨੇ, ਉਹ ਇਹਦੇ ਵਿੱਚ ਅਨਰਥ ਹੋ ਰਹੀਆਂ ਨੇ। ਤਾਂ ਇਸ ਤਰੀਕੇ ਨਾਲ ਇਹਦੀ ਇਨਵੈਸਟੀਗੇਸ਼ਨ ਵੀ ਅਸੀਂ ਨਾਲ ਨਾਲ ਕਰ ਰਹੇ ਹਾਂ। ਹੁਣ ਰਹੀ ਸਾਈਬਰ ਫਰੋਡ ਦੀ, ਸਾਈਬਰ ਫਰੋਡ ਦਾ ਇੱਕ ਬਹੁਤ ਹੀ ਸਿੰਪਲ ਚੀਜ਼ ਇਹ ਹੈ ਜੀ ਕਿ ਤੁਸੀਂ ਆਪਣੀਆਂ ਜਿਹੜੀਆਂ ਕਾਰਡ ਡਿਟੇਲਸ ਨੇ, ਡੈਬਿਟ ਕਾਰਡ, ਏ ਟੀ ਐੱਮ ਕਾਰਡ ਜਿਹੜਾ ਹੈ, ਤੁਹਾਡਾ ਕ੍ਰੈਡਿਟ ਕਾਰਡ ਹੈ, ਉਹਦੀ ਕੋਈ ਵੀ ਡਿਟੇਲ ਫੋਨ ਦੇ ਉੱਤੇ ਕਿਸੇ ਨਾਲ ਵੀ ਸਾਂਝੀ ਨਹੀਂ ਕਰਨੀ। ਓ ਟੀ ਪੀ ਤਾਂ ਬਿਲਕੁਲ ਹੀ ਨਹੀਂ ਦੱਸਣਾ ਕਿਸੇ ਨੂੰ, ਕੋਈ ਵੀ ਬੈਂਕ ਤੁਹਾਨੂੰ ਓ ਟੀ ਪੀ ਨਹੀਂ ਪੁੱਛੇਗਾ,
कोई भी कस्टमर केयर ऑपरेटिव थोड़ा नहीं मंगेगा वह तुम किसी को नहीं देना। अपनी जी है जानकारी वह किसी नाल सांझी ना करो। जिहड़ियां तुहानूं कोई भी तुहाडे अननोन कॉन्टैक्ट तो कोई ईमेल आ रही है या कोई है, इस तरीके का थोड़ा कोई होर ऐप डाउनलोड करने के लिए कोई लिंक थोड़ा वट्सएप पर आता है या कुछ भी आता है अननोन लिंक्स तो उन्होंने तुम ना डाउनलोड करो क्योंकि उस तरीके दे नाल वो थोड़े फोन दे विच इंट्रूड कर जाते हैं। जिस तरह एक चोर है घर के जो वह वड़ जाता है तो फिर वो घर के जड़ा है उसकी अंदरों देख के चोरी करके लै जाता है। उस तरीके ऐप्स के थ्रू थोड़े फोन च एंटर करके थोड़ा सीक्रेट डाटा चोरी करके लै जाते हैं। तो इस तरीके दे नाल इन्हां चीज़ों तो बचन की लोड़ है। तुसी अपने जिहड़े बजुर्ग ने उन्होंने भी दसो क्योंकि उन्होंने घट इस चीज़ की नॉलेज हुंदी है। तो यंगस्टर्स जिहड़े अजकल बहुत ज़्यादा ऐप्स नू यूज़ कर रहे हैं थोड़े बहुते डिस्काउंट के चक्कर दे विच तुसी जो थोड़ा लगता ना कि चंगा खासा डिस्काउंट मिल सकता है ये बड़ा वधिया है तो मैं इनू यूज़ कर लाँ तो ईजी मनी है जी तो ईजी डिस्काउंट कदे नहीं मिलता है। वो सिर्फ एक मिथ है, वो फ्रॉड है, उत्थे थोड़े नाल कमिट होने वाला इनू समझो। साडे कोले कई कंप्लेंट्स रिसीव हो रही ने इसे रिलेटिड। एक OLX दे जिस तरह फ्रॉड आते हैं वो मैं दसदा कि एक राजस्थान के भरतपुर अलवर एरिया तो एक गैंग ओपरेट करता ज़्यादातर जिहदा काम यह हुंदा कि वह आर्मी दे एक ऑफिसर दी किसी दी भी एक फेक प्रोफाइल क्रिएट की हुई है उन्होंने OLX ते उहदे थ्रू वो थोड़ा समान अपना कोई बेचन दा करदे ने या खरीदन दा उहदे बेसिस ते थोथों मनी पवाउंदे ने। तां मैं सुजैसट करूँगा कि पहला पूरा वेरीफाई करो चीज़ नूं, आप फिजिकली विजिट करके देख लो, उस तो बाद ही जे तुसीं कोई मनी ट्रांजैक्ट करनी है फिर करो, ऑनलाइन ना करो ट्रांजैक्ट। तो उस तरीके दे साडे कोल OLX दे बहुत फ्रॉड आए हैं कि OLX दे उत्ते जी ये बंदे आर्मी मैन बने हुए थे क्योंकि आप भरोसा कर लें फेथ कर लें ज़्यादा उस चीज़ के उत्ते तो वह फायदा उठाते हैं जी। इस तरीके पेटीएम बेस्ड OTP बेस्ड फ्रॉड्स हो रहे हैं। तो कई एक साढ़े को लॉटरी का फ्रॉड आया सीगा कि जी लॉटरी निकल गई है थोड़ी ऑनलाइन प्लेटफॉर्म से 23 लाख की 50 लाख की लॉटरी निकल गई। तो इस तरीके दे नाल ये अलग अलग फ्रॉड्स जिहड़े अजकल हो रहे हैं तो इन्हों तो बचन की लोड़ है, साइबर अवेयरनैस की लोड़ है। तो कदे भी अपनी जिहड़ियां डिटेल्स ने वो ना सांझियां करो तुसीं भी। इन्हां दे विच जी जिहड़ी है सानू दिल्ली बेस्ड जिहड़ा गैंग है उहदे कोलों सानू 1,20,000 9 हैंडसैट मिले ने ते 7 मोबाइल फोनस रिकवर होए ने ते मोर दैन 100 सिम कार्ड्स जिहड़े हैगे ने सानू उहनां तों मिले ने। एंड दूसरा जिहड़ा जामतारा गैंग है, जामतारा गैंग दे विच वी सानू 4 मोबाइल फोनस 9 सिम कार्ड्स प्लस 7,65,000 रुपया जिहड़ा है असी वो इन्हां तों जिहड़ा है रिकवरी कीती है। बाकी दी इन्वेस्टिगेशन जारी है। हक ते सच दी खबर ले लाइक ते सब्सक्राइब करो पंजाब दा नंबर 1 डिजिटल न्यूज़ चैनल द फैक्ट न्यूज़।